ਤੇਰੇ ਚਰਨਾਂ ਦੇ ਨਾਲ ਪ੍ਰੀਤ ਨਿਭਦੇ ਹੱਥ ਜੋੜ ਕੇ ਹੋ ਅਰਦਾਸ ਜੋੜ ਕੇ ਆਪਣਾ ਖੇਤ ਗਹਿਣੇ ਰੱਖ ਦਿੰਦਾ ਕੁਝ ਸਾਲਾਂ ਵਾਸਤੇ, ਜਿੰਨਾਂ ਚ ਆਪਾਂ ਉਹ ਖੇਤ ਵਾਪਸ ਨਹੀਂ ਲੈਂਦੇ, ਮਾਲਕ ਨੂੰ ਕਹਿ ਨਹੀਂ ਦਿੰਦੇ ਮੇਰਾ ਵਾਪਸ ਕਰ ਦੇ ਮੈਂ ਵੇਚਣਾ ਜਾਂ ਕਿਸੇ ਹੋਰ ਨੂੰ ਦੇਣਾ, ਆਪਾਂ ਦੇ ਨਹੀਂ ਸਕਦੇ। ਘਰ ਵਿੱਚ ਸੋਨਾ ਰੱਖਿਆ ਹੁੰਦਾ, ਗੋਲਡ ਸਾਰਿਆਂ ਦੇ ਘਰਾਂ ਵਿੱਚ ਹੈ, ਲੋੜ ਪੈਣ ਤੇ ਗਹਿਣੇ ਪਾਈਦਾ, ਆਪਾਂ ਸਾਰੇ ਗਹਿਣੇ ਪਾਉਂਦੇ ਹਾਂ। ਜਦੋਂ ਬੈਂਕ ਵਿੱਚ ਗਹਿਣੇ ਰੱਖ ਦੋ ਜਾਂ ਕਿਸੇ ਸੁਨਿਆਰੇ ਦੇ ਕੋਲ ਗਹਿਣੇ ਰੱਖੀਦਾ, ਜਦੋਂ ਜਿੰਨਾ ਚਿਰ ਉਹਦਾ ਉਹਨੂੰ ਜਾ ਕੇ ਕਹਿੰਦੇ ਨਹੀਂ ਆਪਣੀ ਮਾਇਆ ਫੜ ਤੇ ਮੈਨੂੰ ਵਾਪਸ ਕਰ ਦੇ, ਆਪਾਂ ਵੇਚ ਨਹੀਂ ਸਕਦੇ। ਕਹਿਣ ਦਾ ਭਾਵ ਹੈ ਕਿਸੇ ਹੋਰ ਨੂੰ ਦੇ ਨਹੀਂ ਸਕਦੇ ਆਪਾਂ ਉਹਨਾਂ ਚਿਰ। ਇਸੇ ਤਰ੍ਹਾਂ ਇਹ ਜਿਹੜੀ ਜਿੰਦ ਹੈ, ਗੁਰੂ ਦੇ ਕੋਲ ਗਹਿਣੇ ਰੱਖਦੇ ਭਾਵ ਵੇਚਦੇ ਗੁਰੂ ਨੂੰ ਦੇ ਦੇ, ਆਪਣਾ ਮਨ ਜਿਹੜਾ ਗੁਰੂ ਨੂੰ ਅਰਪਣ ਕਰਦੇ। ਐਡਾ ਵੱਡਾ ਸਮਾਗਮ, ਆਏ ਸਾਲ ਮਹਾਂਪੁਰਖ ਵੱਡਾ ਉਪਰਾਲਾ ਕਰਦੇ ਨੇ, ਕਾਹਦੇ ਵਾਸਤੇ? ਜੋੜਨ ਵਾਸਤੇ, ਗੁਰੂ ਨਾਲ ਜੁੜ ਸਕੀਏ, ਬਾਣੀ ਨਾਲ ਜੁੜ ਸਕੀਏ, ਬਾਣੇ ਨਾਲ ਜੁੜ ਸਕੀਏ। ਆਹ ਵੀ ਇੱਕ ਗੱਲ ਬਹੁਤ ਵੱਡੀ ਹੈ, ਬਾਣੀ ਨਾਲ ਜੁੜਨਾ। ਵੇਖੋ, ਲੋੜ ਵਾਸਤੇ ਆਪਾਂ ਸਿਮਰਨ ਕਰ ਲਈਦਾ 40 ਦਿਨ, ਉੱਥੇ ਮਹਾਂਪੁਰਖਾਂ ਕੋਲ ਬੇਅੰਤ ਸੰਗਤ ਜਾਂਦੀ ਹੈ ਲਖੀਮਪੁਰ। 40 ਦਿਨ ਸਿਮਰਨ ਕਰਕੇ ਫਿਰ 41ਵੇਂ ਦਿਨ ਕੋਈ ਜਾਪ ਨਹੀਂ ਕਰਦਾ, ਭੁੱਲ ਜਾਂਦੇ ਨੇ ਸਾਰੇ।
ਇੱਥੇ ਵੀ ਮਹਾਂਪੁਰਖ ਤੁਹਾਨੂੰ ਸਾਰਿਆਂ ਨੂੰ ਸਿਮਰਨ ਕਰਾਉਂਦੇ ਨੇ। ਬੜਿਆਂ ਨੂੰ ਇਸ ਸਮਾਗਮ ਤੋਂ ਪਹਿਲਾਂ ਸਿਮਰਨ ਕਰਾਇਆ ਹੋਣਾ 40 ਦਿਨ ਜਾਂ 90 ਦਿਨ, ਅਤੇ ਜੇ ਸਮਾਗਮ ਤੋਂ ਬਾਅਦ ਆਪਾਂ ਅਗਲੇ ਦਿਨ ਜਪੀਏ ਨਾ, ਫਿਰ ਉਹ ਨਿਯਮ ਨਾ ਪੂਰਾ ਕਰੀਏ, ਫਿਰ ਸਾਡਾ ਪ੍ਰੇਮ ਤਾਂ ਨਾ ਨਾ ਗੁਰੂ ਨਾਲ ਹੋਇਆ, ਫਿਰ ਤਾਂ ਕਾਮ ਪਰੇ ਤਾਂ ਸਿਮਰੀਏ, ਲੋੜ ਪਈ ਤਾਂ ਯਾਦ ਕਰ ਲਿਆ, ਕੰਮ ਨਿਕਲ ਗਿਆ ਫਿਰ ਭੁੱਲ ਗਏ, ਫਿਰ ਗੁਰੂ ਕਿਰਪਾ ਨਹੀਂ ਕਰਦਾ। ਇਸ ਵਾਸਤੇ ਮਹਾਂਪੁਰਖ ਉਪਰਾਲਾ ਕਰਦੇ ਨੇ ਮੰਦਰਾਂ ਦੇ ਵਿੱਚ, ਟੱਲ ਖੜਕਦਾ ਕਾਹਦੇ ਵਾਸਤੇ, ਸਾਡੇ ਸੁੱਤੇ ਪਏ ਮਨ ਨੂੰ ਜਗਾਉਣ ਵਾਸਤੇ, ਜੁੜ ਸਕੀਏ। ਮਸੀਤਾਂ ਵਿੱਚੋਂ 5 ਟਾਈਮ ਆਵਾਜ਼ ਆਉਂਦੀ ਹੈ ਨਵਾਜ਼ ਦੀ, ਕਾਹਦੇ ਵਾਸਤੇ, ਸੁੱਤਾ ਮਨ ਜਾਗੇ ਅਤੇ ਆਪਣੇ ਅੱਲਾ ਤਾਲਾ ਨਾਲ ਜੁੜ ਸਕੀਏ। ਗੁਰਦੁਆਰੇ ਸਾਹਿਬ ਵਿੱਚੋਂ 2 ਟਾਈਮ ਆਵਾਜ਼ ਜਾਂਦੀ ਹੈ, ਸਪੀਕਰ ਬੋਲਦਾ, ਮਹਾ ਬਾਬਾ ਜੀ ਗ੍ਰੰਥੀ ਸਾਹਿਬਾਨ ਬੋਲਦੇ ਨੇ, ਕਾਹਦੇ ਵਾਸਤੇ, ਮਨ ਸਾਡਾ ਟਿਕੇ, ਬਾਣੀ ਨਾਲ ਜੁੜੀਏ। ਐਡਾ ਵੱਡਾ ਸਮਾਗਮ ਰੱਖਿਆ, ਥਾਂ ਥਾਂ 'ਤੇ ਸਮਾਗਮ ਹੁੰਦੇ ਨੇ, ਕਾਹਦੇ ਵਾਸਤੇ, ਸਾਡੇ ਟੁੱਟੇ ਮਨ ਨੂੰ ਜੋੜਨ ਵਾਸਤੇ, ਕਿਸੇ ਤਰ੍ਹਾਂ ਗੁਰੂ ਦੇ ਬਣ ਜਾਈਏ, ਗੁਰੂ ਨਾਲ ਜੁੜੀਏ। ਐਡਾ ਵੱਡਾ ਸਮਾਗਮ ਕਾਹਦੇ ਵਾਸਤੇ, ਬਾਣੀ ਬਾਣੇ ਨਾਲ ਜੁੜਨ ਵਾਸਤੇ ਹੈ, ਬਾਣੀ ਨਾਲ ਅਤੇ ਬਾਣੇ ਨਾਲ ਵੀ ਜੁੜਨਾ ਆਪਾਂ, ਭਾਵ ਗੁਰੂ ਵਾਲੇ ਵੀ ਬਣਨਾ, ਫਿਰ ਗੱਲ ਬਣੇਗੀ। ਇਹਨੂੰ ਹੋਰ ਨਾ ਕੋਈ ਖਰੀਦ ਲਵੇ, ਬੈਣੇ ਜਿੰਦ ਰਹਿ ਤੂੰ ਜੋੜ ਕੇ ਹੋ ਅਰਦਾਸ ਮੇਰੀ, ਜੋੜ ਕੇ ਹੋ
ਚਰਨਾਂ ਦੇ ਨਾਲ ਪ੍ਰੀਤ ਨੇ ਪੁਜੇ ਹੱਥ ਜੋੜ ਕੇ